ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਸਟਾਰ ਡਿਜੀਟਲ ਪੰਜਾਬ ਵਿੱਚ, ਜਿਹਦੇ ਵਿੱਚ ਤੁਸੀਂ ਘਰ ਬੈਠੇ ਵੱਖ ਵੱਖ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ। ਸੋ ਦੋਸਤੋ, ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਮੋਬਾਈਲ ਫੋਨ 'ਤੇ ਮਿਲੇਗੀ ਗ੍ਰਾਂਟ ਬਾਰੇ ਜਾਣਕਾਰੀ, ਸ਼ਹਿਰਾਂ ਵਰਗੀਆਂ ਮਿਲਣਗੀਆਂ ਸਹੂਲਤਾਂ। ਕੀ ਹੈ ਪੂਰੀ ਅਪਡੇਟ, ਇਸ ਤੋਂ ਪਹਿਲਾਂ ਅੱਗੇ ਵਧੀਏ, ਜਿਹੜੇ ਦੋਸਤ ਅੱਜ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਆਏ ਨੇ, ਉਹ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ 'ਤੇ ਜ਼ਰੂਰ ਸੈੱਟ ਕਰ ਲੈਣ, ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ, ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਗ੍ਰਾਂਟ ਖਰਚਣ ਅਤੇ ਬਕਾਇਆ ਰਾਸ਼ੀ ਅਤੇ ਹੋਰ ਜਾਣਕਾਰੀ ਮੋਬਾਈਲ ਫੋਨ 'ਤੇ ਹੀ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ। ਇਹ ਦਾਅਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ। ਉਹਨਾਂ ਕਿਹਾ, ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਆਪ ਸਰਕਾਰ ਦੀ ਮੁੱਖ ਤਰਜੀਹ ਹੈ। ਮੰਤਰੀ ਧਾਲੀਵਾਲ ਨੇ ਵੀਰਵਾਰ ਨੂੰ ਸੋਣੀ ਦੇ ਆਮ ਇਜਲਾਸ 'ਤੇ ਪੰਚਾਇਤੀ ਰਾਜ ਦੇ ਚੁਣੇ ਹੋਏ ਨੁਮਾਇੰਦਿਆਂ ਲਈ 2 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕੀਤਾ। ਧਾਲੀਵਾਲ ਨੇ ਗ੍ਰਾਮ ਸਭਾ ਦੇ ਸੋਣੀ ਆਮ ਇਜਲਾਸ ਤਹਿਤ ਮੇਰਾ ਪਿੰਡ ਮੇਰੀ ਰੂਹ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਪਿੰਡ ਵਾਸੀ ਅਤੇ ਚੁਣੇ ਹੋਏ ਨੁਮਾਇੰਦੇ ਖੁਦ ਤੈਅ ਕਰਨ ਕਿ ਉਹ ਆਪਣੇ ਪਿੰਡਾਂ 'ਚ ਕਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਨੇ। ਉਹਨਾਂ ਕਿਹਾ ਕਿ ਆਮ ਇਜਲਾਸ ਸਾਲ 'ਚ 2 ਵਾਰ ਹਾੜੀ ਜੂਨ ਦੇ ਮਹੀਨੇ ਅਤੇ ਸੋਣੀ ਦਸੰਬਰ ਦੇ ਮਹੀਨੇ ਵਿੱਚ ਕਰਵਾਇਆ ਜਾਣਾ ਜ਼ਰੂਰੀ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਵਿਭਾਗ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕਰਨ ਜਾ ਰਿਹਾ, ਜਿਸ ਰਾਹੀਂ ਪੰਚਾਂ ਸਰਪੰਚਾਂ ਨੂੰ ਗ੍ਰਾਂਟ ਖਰਚਣ ਅਤੇ ਬਕਾਇਆ ਰਾਸ਼ੀ ਅਤੇ ਹੋਰ ਜਾਣਕਾਰੀ ਮੋਬਾਈਲ ਫੋਨ 'ਤੇ ਮੁਹੱਈਆ ਕਰਵਾਈ ਜਾਵੇਗੀ। ਧਾਲੀਵਾਲ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਮ ਇਜਲਾਸ ਦੀ ਮਹੱਤਤਾ ਨੂੰ ਹੀ ਨਹੀਂ ਸਮਝਿਆ ਅਤੇ ਗ੍ਰਾਮ ਸਭਾਵਾਂ ਨੂੰ ਤਬਾਹ ਕਰਨ 'ਚ ਕੋਈ ਕਸਰ ਨਹੀਂ ਛੱਡੀ। ਉਹਨਾਂ ਇਹ ਅਪੀਲ ਵੀ ਕੀਤੀ ਕਿ ਪੰਚ ਸਰਪੰਚ ਅਤੇ ਪਿੰਡ ਵਾਸੀ ਰਾਜਨੀਤੀ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਦੇ ਵਿਕਾਸ 'ਚ ਸਹਿਯੋਗ ਦੇਣ। ਜੋ ਦਸੰਬਰ ਕਾ ਮਹੀਨਾ, ਇਸ ਮਹੀਨੇ ਮੇਂ ਗ੍ਰਾਮ ਸਭਾਏ ਹੋਤੀ ਹੈ, ਤੋ ਹਮਨੇ ਇੱਕ ਪੂਰਾ ਮੀਟਿੰਗ ਕਰਕੇ, ਕੱਲ ਹਮਾਰੇ ਅਫਸਰੋਂ ਕੀ ਮੀਟਿੰਗ ਹੋਈ ਥੀ, ਤੋ ਹਮਨੇ ਇੱਕ ਪੂਰੇ ਪੰਜਾਬ ਕੇ ਸਰਪੰਚੋਂ ਕੋ, ਪੰਜਾਬ ਕੇ ਸਭ ਵਾਸੀਓਂ ਕੋ, ਗ੍ਰਾਮ ਸਭਾ ਕੇ ਮੈਂਬਰੋਂ ਕੋ, ਸਭ ਕੋ ਇੱਕ ਮੈਸੇਜ ਦਿਆ ਕਿ ਜੇ ਹਮਾਰਾ ਪ੍ਰੋਗਰਾਮ ਜੋ ਹੈ, ਮੇਰਾ ਪਿੰਡ ਹਮਾਰੇ ਗਾਓਂ ਹਮਾਰੀ ਰੂਹ ਜੋ ਹੈ, ਜੇ ਚੱਲੇਗਾ, ਜੇ 31 ਦਸੰਬਰ ਤੱਕ ਚੱਲੇਗਾ, ਉਸਕੇ ਬਾਅਦ ਵੀ ਚੱਲੇਗਾ, ਪੰਜਾਬ ਕਾ ਜਿਤਨਾ ਜਿਤਨਾ ਗਾਓਂ ਕਾ ਵਿਕਾਸ ਹੋਗਾ, ਇਸ ਸਲੋਗਨ ਕੇ ਤਹਿਤ ਹੋਗਾ, ਸਲੋਗਨ ਕੇ ਅੰਡਰ ਹੋਗਾ। ਪੰਜਾਬ ਦੀ ਸਰਕਾਰ ਕੋਈ ਵੀ ਰਹੀ ਹੋ, ਗਾਓਂ ਕੇ ਲਈ ਬਹੁਤ ਸਾਰੇ ਪੈਸੇ ਦਿੱਤੇ ਹੈ, ਲੇਕਿਨ ਗਾਓਂ ਤੱਕ ਪਹੁੰਚਤੇ ਨਹੀਂ ਹੈ, ਤੋ ਉਸਕੇ ਲਈ ਵੀ ਕੁਛ ਸਖਤ ਨਿਰਦੇਸ਼ ਜਾਰੀ ਕੀਤੇ ਨਹੀਂ। ਉਹ ਤਾਂ ਕੀ ਹੈ, ਉਹੀ ਜੇ ਇਸ ਟਾਈਮ 'ਤੇ ਜੋ ਮੀਟਿੰਗ ਹੋਈ ਹੈ, ਜੇ ਪੂਰੇ ਪੂਰੇ ਪੰਜਾਬ ਕੇ ਸਰਪੰਚ ਬੈਠੇ ਹੋਏ, ਆਪੋ ਆਪਣੇ ਬਲਾਕ, ਮੈਂ ਐਡਰੈਸ ਕੀਆ, ਉਹੀ ਇਨਕੋ ਸਮਝਾਇਆ ਕਿ ਆਪਕੇ ਪਾਸ ਬੜੀ ਪਾਵਰੇ ਹੈ, ਇਨ ਲੋਕੋ ਕੋ ਪਤਾ ਨਹੀਂ ਚਲਤਾ ਕਿ ਇਨਕੇ ਪਾਸ ਕਿਆ ਪਾਵਰ, ਤੋ ਜੇ ਸੂਝਵਾਨ ਹੋ ਜਾਏਗੇ, ਇਨਕੋ ਪਤਾ ਲੱਗ ਜਾਏਗਾ, ਤੋ ਜੋ ਫੰਡਿੰਗ ਮੇਂ ਗੜਬੜ ਹੋਤੀ ਹੈ, ਉਹ ਨਹੀਂ ਹੋ ਪਾਏਗੀ, ਔਰ ਜੋ ਪਹਿਲੇ ਹੋਈ ਥੀ ਉਸਕੀ ਹਮ ਜਾਂਚ ਕਰ ਰਹੇ, ਹਮਨੇ ਪਹਿਲੇ ਪੜਾਅ ਮੇਂ 46 ਬਲਾਕ ਚੁਣੇ ਹੋਏ, ਉਸਕੀ ਜਾਂਚ ਚੱਲ ਰਹੀ ਹੈ, ਜਹਾਂ ਕਹੀਂ ਗੜਬੜ ਹੋਈ ਹੈ, ਤੋ ਵੋ ਹਮ ਕਾਰਵਾਈ ਕਰੇਂਗੇ, ਕਰਪਸ਼ਨ ਕੋ ਤੋ ਹਮ ਨਹੀਂ ਕਰੇਂਗੇ, ਮਾਫ ਨਹੀਂ ਕਰੇਂਗੇ। ਜੋ ਜ਼ਮੀਨੇ ਹੈ ਵੋ ਛੁਡਵਾਈ ਸੀ, ਵੋ ਸਰਕਾਰ ਕੇ ਪਾਸ ਹੈ, ਕਿਆ ਲੋਗੋਂ ਨੇ ਫਿਰ ਸੇ ਕੁਛ ਕਰ, ਨਹੀਂ ਨਹੀਂ, ਸਭ ਹਮਾਰੇ ਪਾਸ ਹੈ, ਟੋਟਲੀ ਹਮਾਰੇ ਪਾਸ ਹੈ, ਔਰ ਹਮਨੇ ਦੁਬਾਰਾ ਆਪਣੇ ਆਪਣੇ ਗਾਓਂ ਕੀ ਪੰਚਾਇਤੋਂ ਕੋ ਵੋ ਦੀ ਹੈ, ਵੋ ਲੀਜ਼ ਪੇ ਗਈ ਹੈ, ਹਮਾਰੀ ਆਮਦਨ ਮੇਂ ਵਾਧਾ ਹੁਆ ਹੈ, ਤੋ ਕੁਛ ਹੁਣ ਛੁਡਾਏਂਗੇ, ਮੋਹਾਲੀ ਕੇ ਨੇੜੇ ਤੇੜੇ, ਜਿਨਕੋ ਗੌਰਮੈਂਟ ਕੀ ਇੱਕ ਪਾਲਿਸੀ ਬਣ ਰਹੀ ਹੈ ਕਿ ਹਮਾਰੀ ਜੋ ਜ਼ਮੀਨੇ ਵੇਚਣੇ ਵਾਲੀ ਹੈ, ਕੈਸੇ ਵੇਚ ਰਹੇ, ਤੋ ਵੋ ਜੋ ਬਣ ਗਈ, ਤੋ ਜਬ ਗਾਓਂ ਕੇ ਵਿਕਾਸ ਕੇ ਲੀਏ ਹਮੇਂ ਕੋਈ ਚਾਹੀਏ, ਪੈਸਾ ਚਾਹੀਏ, ਕੁਛ ਚਾਹੀਏ, ਤੋ ਉਸ ਪਾਲਿਸੀ ਕੇ ਤਹਿਤ, ਕਿਉਂਕਿ ਪੰਜਾਬ ਕੇ ਬਹੁਤ ਸਾਰੇ ਲੋਕ ਜਦੋਂ ਨੇ ਛੱਪੜ ਕੇ ਲੀਏ, ਛੱਪੜ ਬਣਾ ਹੁਆ ਥਾ, ਉਸ ਪਰ ਆਪਣਾ ਘਰ ਬਣਾ ਲਿਆ, ਕਈ ਕੁਛ ਕਰ ਲਿਆ, ਕਈ ਲੋਕੋਂ ਕੋ ਪਤਾ ਹੀ ਨਹੀਂ ਥਾ, ਉਹਨਾਂ ਨੇ ਜੋ ਸ਼ਾਮਦਾਰ ਜ਼ਮੀਨ ਹੈ, ਉਸ ਪਰ ਆਪਣਾ ਘਰ ਬਣਾ ਲਿਆ, ਤੋ ਉਹ ਲੋਕ ਅਬ ਹਮਾਰੇ ਦਫ਼ਤਰ ਮੇਂ ਆਤੇ ਹੈ, ਹਮਾਰੇ ਅਫਸਰੋਂ ਕੇ ਪਾਸ ਆਤੇ ਹੈ, ਉਧਰ ਵੀ ਜਾਤੇ ਹੈ, DDPO ਕੇ ਪਾਸ, VDO ਕੇ ਪਾਸ, ਕਿ ਭਾਈ ਆਪ ਪੈਸੇ ਲੈ ਲਓ, ਤੋ ਹਮਾਰਾ ਗਲਤੀ ਹੋ ਗਈ ਹੈ, ਤੋ ਹਮੇਂ ਮਾਫ਼ ਕਰ, ਤੋ ਹਮ ਕਿਸੀ ਕਾ ਗਲਤ ਨਹੀਂ ਟਾਲਣਾ ਚਾਹਤੇ, ਕੁਛ ਨਹੀਂ ਕਰ,
ਬਸ ਇੱਕ ਪਾਲਿਸੀ ਬਣ ਰਹੀ ਹੈ ਸਰਕਾਰ ਕੀ, ਉਸ ਪਾਲਿਸੀ ਕੇ ਤਹਿਤ ਪ੍ਰਾਈਸ ਵਗੈਰਾ ਤੈਅ ਕਰਕੇ ਜੋ ਲੋਕ ਪੈਸਾ ਦੇਣਾ ਚਾਹੇਗੇ ਸਰਕਾਰ ਕੋ ਬੋਲੇਗੀ। ਗੁਜਰਾਤ ਇਲੈਕਸ਼ਨ ਸੇ ਪਹਿਲੇ ਆਪਨੇ ਲੋਗੋਂ ਕੋ ਪਕੌੜੇ ਵੀ ਬਣਾ ਕਰ ਖਿਲਾਈ ਥੀ ਵਾਪਸ, ਤੋ ਆ ਇਲੈਕਸ਼ਨ ਹੋ ਰਹੀ ਹੈ ਵਾਪਸ ਨਹੀਂ ਭਾਈ ਆਜ। ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੱਡੀਆਂ ਅਪਡੇਟਾਂ ਅਸੀਂ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਰਹਿੰਦੇ ਹਾਂ। ਇਸੇ ਤਰ੍ਹਾਂ ਦੀਆਂ ਵੱਡੀਆਂ ਅਪਡੇਟਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।